ਜੈਤੋ ਵਿੱਚ ਪਹਿਲੀ ਵਾਰ ਡਿਜੀਟਲ ਤਰੀਕੇ ਦੇ ਨਾਲ ਲਗਾਈ ਦੁਸਹਿਰੇ ਨੂੰ ਅੱਗ। ਜਾਣਕਾਰੀ ਅਨੁਸਾਰ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਇੱਥੋਂ ਦੇ ਰਾਮਲੀਲਾ ਗਰਾਊਂਡ ਵਿਖੇ ਮਨਾਇਆ ਗਿਆ, ਜਿੱਥੇ ਕਿ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਦੁਸਹਿਰੇ ਨੂੰ ਅੱਗ ਲਗਾਉਣ ਦੀ ਰਸਮ ਅਦਾ ਕੀਤੀ ਗਈ। ਆਓ ਆਨੰਦ ਮਾਣਦੇ ਹਾਂ ਵੱਖ ਵੱਖ ਝਾਕੀਆਂ ਦਾ। ਜੈਤੋ ਦੇ ਵਿੱਚ ਪਹਿਲਾ ਡਿਜੀਟਲ ਦੁਸਹਿਰਾ ਸੀ।